ਐਕਸਿਸ ਬੈਂਕ ਬੈਂਕ ਨਾਲ ਤੁਸੀਂ ਅੰਦਰ ਜਾ ਕੇ ਗੱਲਬਾਤ ਕੀਤੀ ਹੈ, ਬੈਂਕ ਵਾਲੇ ਕੀ ਕਹਿੰਦੇ? ਬਸ ਕਹਿੰਦੇ ਸਾਨੂੰ ਟਾਈਮ ਦਿਓ ਜੀ। ਹਾਂਜੀ, ਹੁਣ ਮੇਰੇ ਤੱਕ ਕੰਮ ਲਾਇਆ ਯਾਰ, ਪੈਸਾ ਕੋਲ ਇੱਕ ਵੀ ਨਹੀਂ ਹੈਗਾ। ਚਲੋ ਮਾਤਾ ਜੀ ਤੁਸੀਂ ਰੋ ਨਾ। ਅਤੇ ਮੇਰੀ ਸੀਟਰ ਦੀ ਮੈਰਿਜ ਹੈ ਜੀ, 23-24 ਦੀ ਮੈਰਿਜ ਹੈ। ਹੁਣ ਮੈਂ ਦੱਸੋ ਜੀ ਪੈਸੇ ਕਿੱਥੋਂ ਲੈ ਕੇ ਆਵਾਂ ਜੀ? ਇੰਨੀ ਕੁ ਨੌਬਤ ਆ ਗਈ ਵੀ ਘਰ ਗਿਰਵੀ ਰੱਖਣ ਨੂੰ ਫਿਰਦੇ ਨੇ ਜੀ, ਕਿਉਂਕਿ ਅਸੀਂ ਭੁੱਖੇ ਮਰਨ ਦੀ ਨੌਬਤ ਆ ਗਈ ਆ। ਸਾਡੀ ਕੁੜੀ ਮੇਰੀ ਵਿਆਹੁਣ ਵਾਲੀ ਬੈਠੀ ਆ, 5 ਮੇਰੇ ਕੋਲ ਹੈ ਕੋਈ ਨਹੀਂ, ਕੋਈ ਮੇਰੀ ਮਦਦ ਲਈ ਆਇਆ ਹੀ ਨਹੀਂ ਬੈਂਕ 'ਚ ਹੁਣ ਤੱਕ, ਨਾ ਕੋਈ ਪੁਲਿਸ ਅਫਸਰ ਨਾ ਕੋਈ ਬੈਂਕ ਅਫਸਰ। ਤੁਸੀਂ ਵੇਖ ਰਹੇ ਹੋ ਜਗਬਾਣੀ ਪੰਜਾਬ ਕੇਸਰੀ ਅਤੇ ਮੈਂ ਸੁਨੀਲ ਕੁਮਾਰ। ਇਸ ਮੌਕੇ ਅਸੀਂ ਪਹੁੰਚ ਚੁੱਕੇ ਹਾਂ ਐਕਸਿਸ ਬੈਂਕ ਦੀ ਉਸ ਬ੍ਰਾਂਚ 'ਤੇ ਜਿੱਥੇ ਕਰੋੜਾਂ ਦਾ ਘੋਟਾਲਾ ਹੋਇਆ ਹੈ, ਜਿੱਥੇ ਗਵਨ ਕੀਤਾ ਗਿਆ ਹੈ। ਉਸ ਬੈਂਕ ਦੇ ਵਿੱਚ ਮੈਨੇਜਰ ਰਹੇ ਗੌਰਵ ਸ਼ਰਮਾ ਨੇ। ਮੈਨੇਜਰ ਰਹੇ ਇਸ ਕਰਕੇ ਕਹਿ ਰਹੇ ਨੇ ਕਿਉਂਕਿ ਲਗਾਤਾਰ ਉਹ ਕਈ ਦਿਨਾਂ ਤੋਂ ਫਰਾਰ ਆ, ਅਤੇ ਉਸ ਸੰਬੰਧ ਦੇ ਵਿੱਚ ਪੰਜਾਬ ਪੁਲਿਸ ਅਤੇ ਜਾਂਚ ਟੀਮ ਹੁਣ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ, ਉਸ ਦੇ ਬਿਹਾਫ 'ਤੇ ਉੱਤਰਾਖੰਡ ਟੀਮ ਦੇ ਨਾਲ ਜਿਹੜੀ ਜਾਂਚ ਅਮਲ ਦੇ ਵਿੱਚ ਲਿਆ ਰਹੀ ਆ, ਅਤੇ ਗੌਰਵ ਸ਼ਰਮਾ ਦੀ ਜਿਹੜੀ ਗ੍ਰਿਫਤ ਦੇ ਵਿੱਚ ਚੱਪੇ 'ਤੇ ਜਿਹੜੀ ਆ ਉਹ ਛਾਣਬੀਣ ਅਤੇ ਛਾਪੇਮਾਰੀ ਕੀਤੀ ਜਾ ਰਹੀ ਆ, ਜਿੱਥੇ ਵੀ ਕੋਈ ਸੁਰਾਗ ਮਿਲ ਰਿਹਾ। ਦੂਜੇ ਪਾਸੇ ਜਿਹੜਾ ਕੈਸੀਅਰ ਸੀ ਉਸ ਦਾ ਰਿਮਾਂਡ 5 ਦਿਨਾਂ ਦਾ ਖਤਮ ਹੋ ਚੁੱਕਾ ਹੈ, ਅਤੇ ਉਸ ਨੂੰ ਵੀ ਹੁਣ ਜੁਡੀਸ਼ਲ ਕਸਟਡੀ 'ਤੇ ਲਿੱਤਾ ਗਿਆ। ਅਤੇ ਤੁਸੀਂ ਮੇਰੇ ਪਿੱਛੇ ਉਹ ਬ੍ਰਾਂਚ ਬਾਸਿਮਪੁਰ ਨਿਊ ਚੰਡੀਗੜ੍ਹ ਦੀ ਦੇਖ ਸਕਦੇ ਹੋ, ਜਿੱਧਰ ਦੇ ਅੰਦਰ ਤਾਂ ਮੁਲਾਜ਼ਮ ਬੈਠੇ ਹੋਏ ਨੇ, ਲੇਕਿਨ ਉਹਨਾਂ ਮੁਲਾਜ਼ਮਾਂ ਦੀਆਂ ਅੱਖਾਂ ਵੀ ਜਿਹੜੀਆਂ ਨੇ ਉਹ ਬਾਹਰਲੇ ਪਾਸੇ ਨੇ। ਉਹ ਕਿਉਂ ਨੇ ਉਹ ਤੁਹਾਨੂੰ ਦੱਸਦਿਆਂ, ਇਹ ਐਕਸਿਸ ਬੈਂਕ ਦੀ ਬ੍ਰਾਂਚ ਆ ਵਸੇਪੁਰ ਸ਼ਾਖਾ, ਜਿੱਥੇ ਮੇਨ ਗੇਟ 'ਤੇ ਲਿਖਿਆ ਹੋਇਆ ਹੈ ਕਿ ਦਿਲ ਸੇ ਓਪਨ, ਅਤੇ ਐਕਸਿਸ ਬੈਂਕ ਦੇ ਵਿੱਚ ਨੀਚੇ ਪੋਸਟਰ ਲੱਗਿਆ ਹੋਇਆ ਹੈ, ਜਿਹੜੀਆਂ ਬਾਈਕਾਂ ਖੜੀਆਂ ਨੇ ਉਸਦੇ ਨਾਲ, ਕਿ ਇੱਥੇ 50 ਕਰੋੜ ਦਾ ਘਟਾਲਾ ਹੋਇਆ। ਇਸ ਬੈਂਕ ਦੇ ਵਿੱਚ ਕਰੋੜਾਂ ਦੇ ਘਟਾਲੇ ਦੀ ਗੱਲ ਕਹੀ ਜਾ ਰਹੀ ਆ। ਜਿੰਨੇ ਵੀ ਪ੍ਰਤੀਕ੍ਰਮ, ਜਿੰਨੀਆਂ ਵੀ ਖਬਰਾਂ ਸਾਡੇ ਕੋਲ ਜਗਬਾਣੀ ਪੰਜਾਬ ਕੇਸਰੀ 'ਤੇ ਆਈਆਂ ਨੇ, ਉਹ ਸਾਰੀਆਂ ਹੀ ਦੇ ਵਿੱਚ ਜਿੰਨੇ ਵੀ ਪੀੜਿਤ ਹਨ ਖਾਤਾ ਧਾਰਕ, ਉਹ ਵੀ ਕਹਿੰਦੇ ਨੇ ਕਿ ਕਈਆਂ ਦਾ 1 ਲੱਖ, ਕਈਆਂ ਦਾ 2 ਲੱਖ, ਕਈਆਂ ਦਾ 1,000, ਅਤੇ ਕਈਆਂ ਦਾ 1 ਕਰੋੜ, ਅਤੇ 1 ਕਰੋੜ ਤੋਂ ਵੱਧ ਦੀ ਰਕਮ ਜਾਂ 5 ਕਰੋੜ ਤੱਕ ਦੀ FDਆਂ ਵਗੈਰਾ ਇੱਥੇ ਇਸ ਸ਼ਾਖਾ ਦੇ ਵਿੱਚ ਕਰਾਈਆਂ ਗਈਆਂ ਨੇ, ਅਤੇ 50 ਕਰੋੜ ਦੇ ਘੁਟਾਲੇ ਦਾ ਇੱਥੇ ਪੋਸਟਰ ਲੱਗਿਆ। ਹਾਲਾਂਕਿ ਦੂਜੇ ਪਾਸੇ ਇਸ ਬੈਂਕ ਦੇ, ਜੇਕਰ ਤੁਸੀਂ ਦੂਜੇ ਪਾਸੇ ਕਰਵਟ ਕਰੋਗੇ ਤਾਂ ਇੱਥੇ ਪੁਲਿਸ ਵੀ ਮੌਜੂਦ ਆ, ਅਤੇ ਇੱਥੇ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ। ਭਾਰਤੀ ਕਿਸਾਨ ਯੂਨੀਅਨ ਪੁਆਧ ਨਿਊ ਚੰਡੀਗੜ੍ਹ ਨੇ ਵੀ ਇਸ ਨੂੰ ਆਪ ਦਾ ਸਮਰਥਨ ਦਿੱਤਾ ਹੈ, ਅਤੇ ਹੁਣ ਜਿਹੜੇ ਸੰਬੋਧਨ ਕਰ ਰਹੇ ਨੇ ਉਹ ਵੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਨ, ਅਤੇ ਇਸ ਦੇ ਨਾਲ ਹੀ ਸੰਭੂ ਬੋਰਡਰ 'ਤੇ, ਅਤੇ ਇਸ ਦੇ ਨਾਲ ਜਿੱਥੇ ਵੀ ਰੋਸ ਮੁਜ਼ਾਹਰੇ ਜਾਂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਕਿਸਾਨਾਂ ਵੱਲੋਂ, ਉਸ ਦਿਨ ਵਿੱਚ ਯਾਨੀ ਕਿ ਸਿੱਧੇ ਤੌਰ 'ਤੇ ਕਿਸਾਨ ਅੰਦੋਲਨ ਦੇ ਵਿੱਚ ਵੀ ਸਮਰਥਨ ਦੇਣ ਦੀ ਇਸ ਬੈਂਕ ਦੇ ਸਾਹਮਣੇ ਚੱਲ ਰਹੇ ਪ੍ਰਦਰਸ਼ਨ ਦੇ ਵਿੱਚ ਜਿੰਨੇ ਵੀ ਖਾਤਾ ਧਾਰਕ ਹਨ ਉਹ ਕਹਿ ਰਹੇ ਹਨ ਕਿ ਇੱਥੇ ਜਿਹੜਾ ਉਹ ਠੱਗਾਂ ਦਾ ਠੱਗ ਐਕਸਿਸ ਬੈਂਕ, ਮਹਾ ਠੱਗ ਐਕਸਿਸ ਬੈਂਕ, ਇਹੋ ਜਿਹੇ ਇੱਥੇ ਪੋਸਟਰ ਵੀ ਲਗਾਏ ਗਏ ਨੇ, ਤੁਸੀਂ ਆਪ ਹੁਣ ਤਸਵੀਰਾਂ ਦੇ ਵਿੱਚ ਵੀ ਵੇਖੇ ਹੋਣੇ। ਪਰ ਇੱਥੇ ਹੋਰ ਕੀ ਕੁਛ ਆ, ਕਿਉਂਕਿ ਕਈ ਇਹੋ ਜਿਹੇ ਪ੍ਰਤੀਕ੍ਰਮ ਵੀ ਹੁਣ ਤੱਕ ਸਾਡੇ ਕੋਲ ਆਏ ਨੇ ਮੁੜ ਤੋਂ ਗੱਲਬਾਤ ਕਰਦਿਆਂ ਖਾਤਾ ਧਾਰਕਾਂ ਦੇ ਨਾਲ, ਅਤੇ ਇੱਥੇ ਰੋਸ ਮੁਜ਼ਾਹਰਾ ਕਰਨ ਵਾਲੇ ਲੋਕਾਂ ਦੇ ਨਾਲ। ਇੱਥੇ ਮੇਰੇ ਨਾਲ ਨੇ, ਤੁਸੀਂ ਵੀ ਇੱਥੇ ਖਾਤਾ ਧਾਰਕ ਹੋ, ਕਿੰਨੇ ਪੈਸੇ ਤੁਸੀਂ ਜਮ੍ਹਾਂ ਕਰਾਏ ਸੀ ਅਤੇ ਕੀ ਕੁਛ ਹੁਣ ਹਾਲਾਤ ਹਨ? ਮੇਰੇ ਪੈਸੇ ਜੀ ਉਰੇ 20,74,000 ਰੁਪਇਆ ਸੀਗਾ ਜੀ, ਅਤੇ ਮੇਰੀ ਸੀਟਰ ਦੀ ਮੈਰਿਜ ਹੈ ਜੀ, 23-24 ਦੀ ਮੈਰਿਜ ਜੀ। ਹੁਣ ਮੈਂ ਦੱਸੋ ਜੀ ਪੈਸੇ ਕਿੱਥੋਂ ਲੈ ਕੇ ਆਵਾਂ ਜੀ? ਮੈਂ ਵਿਆਹ ਕਰਨਾ ਜੀ, ਹੁਣ ਮੌਕੇ 'ਤੇ ਪੈਸੇ ਦੱਸੋ ਜੀ ਕਿੱਥੋਂ ਲੈ ਕੇ ਆਵਾਂ ਜੀ? ਹੁਣ ਬੈਂਕ ਦੇ ਉਰੇ ਆਏ ਸੀਗੇ ਜੀ, ਉਰੇ ਵੀ ਪੈਸੇ ਨਹੀਂ ਹੈਗੇ ਜੀ, ਸਾਡੇ ਮੈਨੇਜਰ ਲੈ ਗਏ ਜੀ ਪੈਸੇ,
ਹੁਣ ਅਸੀਂ ਦੱਸੋ ਜੀ ਹੱਲ ਕੀ ਕਰੀਏ ਜੀ ਅਸੀਂ ਤਾਂ ਵਾਰ ਵਾਰ ਗੇੜੇ ਮਾਰ ਰਹੇ ਹਾਂ ਮੈਂ ਵੀ ਪੀੜਤ ਹਾਂ ਜੀ ਇਸ ਖਾਤੇ ਦੇ ਕਿਉਂਕਿ ਇਹਨਾਂ ਦੇ ਮਿੰਦਰੀ ਮੇਰਾ ਦੋਸਤ ਹੈ ਜੀ ਸਿਸਟਰ ਦੀ ਮੈਰਿਜ ਹੈ 23-24 ਦੀ ਸਿਰਫ 1,000 ਰੁਪਇਆ ਰਹਿ ਗਿਆ ਹੁਣ ਬੰਦਾ ਇਹ ਤਾਂ ਬਹੁਤ ਟੈਨਸ਼ਨ 'ਚ ਹੈ ਜੀ ਵਿਆਹ ਕਿੱਦਾਂ ਕਰਨਗੇ ਜੀ ਇਹਨਾਂ ਦਾ ਤਾਂ ਇੰਨੀ ਕੁ ਨੌਬਤ ਆ ਗਈ ਵੀ ਘਰ ਗਿਰਵੀ ਰੱਖਣ ਨੂੰ ਫਿਰਦੇ ਨੇ ਜੀ ਜੇ ਗਿਰਵੀ ਰੱਖਣਗੇ ਤਾਂ ਹੀ ਮੈਰਿਜ ਹੋਊਗੀ ਜੀ ਕਿਉਂਕਿ ਬੈਂਕ ਨੇ ਤਾਂ ਇਹਨਾਂ ਦਾ ਛੱਡਿਆ ਕੱਖ ਨਹੀਂ ਜੀ ਕਿਸੇ ਦੇ ਵੀ ਅਕਾਊਂਟ 'ਚ ਜੀ ਪਤਾ ਕਿੱਦਾਂ ਲੱਗਿਆ ਕਿ 1,000 ਹੀ ਰੁਪਇਆ ਰਹਿ ਗਿਆ ਜਦੋਂ ਸਾਨੂੰ ਇੱਥੇ ਗੜਬੜੀ ਦਾ ਪਤਾ ਲੱਗਿਆ ਉਦੋਂ ਸਟੇਟਮੈਂਟ ਲਈ ਜੀ ਅਸੀਂ ਉਦੋਂ ਪਤਾ ਲੱਗਿਆ ਜੀ ਤੁਸੀਂ ਅੰਦਰ ਬੈਂਕ ਬ੍ਰਾਂਚ ਦੇ ਵਿੱਚ ਗਏ ਹੋ ਬੈਂਕ ਬ੍ਰਾਂਚ ਵਾਲੇ ਕੀ ਕਹਿੰਦੇ ਨੇ ਕਿਹੋ ਜਿਹੇ ਇਹਨਾਂ ਦਾ ਬਿਹੇਵ ਆ ਅਤੇ ਜਦੋਂ ਤੁਹਾਨੂੰ ਖਾਤੇ ਦੇ ਬਾਰੇ ਜਾਣਕਾਰੀ ਮਿਲੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਇਹਨਾਂ ਦਾ ਤਾਂ ਕੋਈ ਪੁਖਤਾ ਜਵਾਬ ਹੀ ਨਹੀਂ ਦਿੱਤਾ ਪਹਿਲਾਂ ਤਾਂ ਇਹਨਾਂ ਦਾ ਸਕਿਉਰਟੀ ਗਾਰਡ ਹੀ ਨਹੀਂ ਸੀ ਅੰਦਰ ਵੜਨ ਦਿੰਦਾ ਜੀ ਚਲੋ ਉਹਨਾਂ ਦਾ ਮਿਹਨਤ ਤਰਲਾ ਕਰਕੇ ਅੰਦਰ ਵੜੇ ਸਟੇਟਮੈਂਟ ਲੱਤੀ ਜੀ ਅਸੀਂ ਉਦੋਂ ਸਾਨੂੰ ਪਤਾ ਲੱਗਿਆ ਸਾਡੇ ਖਾਤੇ ਹੀ ਨਿੱਲ ਕਰਤੇ ਜੀ ਇਹਨਾਂ ਨੇ ਕਾਰਡ ਬਲੌਕ ਕਰਤੇ ਜੀ ਅਤੇ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਮੇਰੇ 'ਚ ਤਕਰੀਬਨ 60 ਲੱਖ ਸੀ ਜੀ ਅੱਛਾ ਅਤੇ ਹੁਣ ਕਿੰਨੇ ਰਹਿ ਗਏ ਹੁਣ 402 ਰੁਪਈਆ ਜੀ ਅੱਛਾ ਹਾਂਜੀ ਬਜ਼ੁਰਗੋ ਜਿਹੋ ਜਿਹੀ ਖਬਰ ਜਿਹੋ ਜਿਹੇ ਹਾਲਾਤ ਦੋਹਾਂ ਪਾਸੇ ਬਣੇ ਹੋਏ ਨੇ ਅੰਦਰੋਂ ਬੈਂਕ ਵਾਲੇ ਵੀ ਦੇਖ ਰਹੇ ਨੇ ਬਾਹਰ ਕੀ ਚੱਲ ਰਿਹਾ ਅਤੇ ਅੰਦਰ ਸ਼ਾਇਦ ਇਹਨਾਂ ਨੂੰ ਵੀ ਪਤਾ ਕੀ ਕੁਛ ਹੋ ਰਿਹਾ ਤੁਹਾਡੀ ਕੀ ਸਥਿਤੀ ਸੀ ਤੁਹਾਡਾ ਵੀ ਖਾਤਾ ਸੀ ਉਰੇ ਹਾਂਜੀ ਮੈਂ ਗੁਰਮੀਤ ਸਿੰਘ ਉਮਰ 70 ਸਾਲ ਮੇਰੀ ਘਰ ਵਾਲੀ ਦੀ ਉਮਰ ਵੀ 65 ਸਾਲ ਅਸੀਂ ਦੋ ਇੱਕ ਤਾਂ ਮੇਰੀ ਬੇਟੀ ਜਿਹਦੀ ਉਮਰ ਹੈ ਇਸ ਟਾਈਮ ਕੋਈ 38 ਸਾਲ ਸਾਨੂੰ ਤਿੰਨਾਂ ਨੂੰ ਇਹਨਾਂ ਨੇ ਬਿਲਕੁਲ 0 ਕਰਤਾ ਜੀ ਅਸੀਂ ਬਿਲਕੁਲ ਕਰੋੜਪਤੀਆਂ 80 ਲੱਖ ਦੀ ਮਾਰ ਹੇਠ ਆਏ ਹਾਂ 80 ਲੱਖ ਤੁਸੀਂ ਖਾਤਿਆਂ 'ਚ ਇੱਕ 'ਚ ਹੀ ਪਾਇਆ ਸੀ ਅਲੱਗ ਇਹ FDਆਂ ਜੀ ਮੇਰੀਆਂ ਜਿਹੜਾ ਮੇਰਾ ਖੁੱਲ੍ਹਾ ਪੈਸਾ 45,000 ਤਾ ਉਹ ਮੇਰਾ 19,000 ਛੱਡਿਆ ਜੀ ਇਹਨਾਂ ਨੇ ਉਹ 19,000 ਮੇਰੇ ਕੋਲ ਆ FDਆਂ ਵਿੱਚ ਮੇਰਾ 6,000 ਰੁਪਈਆ ਰਹਿ ਗਿਆ ਜੀ 6,200 ਇਹ ਮੇਰੇ ਕੋਲ ਪੇਮੈਂਟ ਬਚੀ ਆ ਜੀ ਹੁਣ ਹਾਂਜੀ ਬੈਂਕਾਂ ਦੇ ਵਿੱਚ ਜਦੋਂ ਤੁਸੀਂ ਅੰਦਰ ਗਏ ਹੋ ਤੁਸੀਂ 70 ਸਾਲ ਉਮਰ ਦੇਖ ਰਹੇ ਹੋ ਇਹੋ ਜਿਹਾ ਕੋਈ ਘਟਾਲਾ ਅੱਜ ਤੱਕ ਦੇਖਿਆ ਆਪ ਦੀਆਂ ਅੱਖੀਂ ਮੇਰੀ ਉਮਰ 70 ਸਾਲ ਆ ਜੀ ਅੱਜ ਤੱਕ ਮੈਂ ਇਹੋ ਜਿਹੇ ਘਟਾਲੇ ਬਹੁਤ ਦੇਖੇ ਹਾਂ ਇੱਕ ਪਹਿਲਾਂ ਘਟਾਲਾ ਸਾਡੇ ਖੈੜ ਹੋਇਆ ਸੀ ਡੀਲਰਾਂ ਨਾਲ 200 ਕਰੋੜ ਦਾ ਪਰ ਉਹ RBI ਨੇ ਸਾਡੀ ਉਹਨਾਂ ਦੀ ਬਿਲਾਂ ਦੀ ਪੂਰੀ ਸੁਣੀ ਅਤੇ ਪੇਮੈਂਟ 25-25 ਮੋੜੀ ਅਸੀਂ ਵੀ ਇਹੀ ਰਿਕੁਐਸਟ ਕਰਦੇ ਹਾਂ ਵੀ ਬੈਂਕ ਮੁਲਾਜ਼ਮ ਆ ਕੇ ਸਾਡੇ ਨਾਲ ਕੰਟੈਕਟ ਕਰਨ ਅਤੇ ਸਾਨੂੰ ਕੋਈ ਵਿਸ਼ਵਾਸ ਦਵਾਉਣ ਵੀ ਅਸੀਂ ਤੁਹਾਡੇ 1 ਮਹੀਨੇ ਦੇ ਜਾਂ 20 ਦਿਨ ਦੇ ਅੰਦਰ ਅੰਦਰ ਸਾਨੂੰ ਪੈਸੇ ਚਾਹੀਦੇ ਹਾਂ ਇਹਦੇ ਵੱਧ ਸਾਡੇ ਕੋਲ ਟਾਈਮ ਹੈ ਨਹੀਂ ਕਿਉਂਕਿ ਅਸੀਂ ਭੁੱਖੇ ਮਰਨ ਦੀ ਨੌਬਤ ਆ ਗਈ ਆ ਸਾਡੀ ਕੁੜੀ ਮੇਰੀ ਵਿਆਹੁਣ ਵਾਲੀ ਬੈਠੀ ਆ 25 ਮੇਰੇ ਕੋਲ ਹੈ ਕੋਈ ਨਹੀਂ ਕੋਈ ਮੇਰੀ ਮਦਦ ਲਈ ਆਇਆ ਹੀ ਨਹੀਂ ਬੈਂਕ 'ਚ ਹੁਣ ਤੱਕ ਨਾ ਕੋਈ ਪੁਲਿਸ ਅਫਸਰ ਨਾ ਕੋਈ ਬੈਂਕ ਅਫਸਰ ਕਿਸੇ ਨਾ ਕੋਈ ਨਾ ਕੋਈ ਸਾਡਾ ਮੰਤਰੀ ਨਾ MLA ਸਾਨੂੰ ਕੋਈ ਨਹੀਂ ਪੁੱਛ ਰਿਹਾ ਤੁਸੀਂ ਕੌਣ ਅਸੀਂ ਸੜਕਾਂ 'ਤੇ ਰੁੜਦੇ ਹਾਂ ਮੇਰਾ ਵੀ ਉਰੇ 2013 ਦਾ ਖਾਤਾ ਹੈ ਜੀ ਕਿੰਨੀ ਰਕਮ ਸੀਗੀ ਤੁਹਾਡੀ ਖਾਤੇ ਕਿੰਨੀ ਰਹਿ ਗਈ ਉਰੇ ਜੀ ਮੇਰੇ ਖਾਤੇ ਵਿੱਚ ਸੀਗਾ ਜੀ 15 ਲੱਖ ਰੁਪਈਆ ਜਿਹੜਾ ਕਿ ਉਹ ਵੀ ਮੈਨੇਜਰ ਨੇ ਹੇਰਾਫੇਰੀ ਦੇ ਨਾਲ ਸਾਡੇ ਨੰਬਰ ਬੰਦ ਕਰਕੇ ਗਾਇਬ ਕਰਤਾ ਜੀ ਅਤੇ ਉਸ ਤੋਂ ਬਾਅਦ ਜੀ 70 ਲੱਖ ਦੇ ਕਰੀਬ ਮੇਰੀ ਮਾਤਾ ਜੀ ਦਾ 2-3 ਖਾਤੇ ਹੈ ਜੀ ਸਾਡੇ ਉਰੇ ਪਰਿਵਾਰ ਦੇ ਅਤੇ ਉਹ ਵੀ ਸਾਡੇ ਨੰਬਰ ਬੰਦ ਕਰਕੇ ਜੀ ਉਹ ਕਰਤੇ ਆ ਮਤਲਬ ਸਾਫ਼ ਕਰਤੇ ਆ ਜੀ ਉਰੇ ਆਉਂਦਾ ਵੀ ਸੀਗਾ ਕੋਈ ਸਟੇਟਮੈਂਟ ਲੈਣ ਜਾਂ ਕੋਈ ਐਂਟਰੀ ਕਰਾਉਣ ਤਾਂ ਉਸ ਟਾਈਮ ਇੱਕੇ ਗੱਲ ਹੁੰਦੀ ਸੀ ਕਿ ਮੈਨੇਜਰ ਵੱਲੋਂ ਵੀ ਆਹੀ ਕਿਹਾ ਜਾਂਦਾ ਸੀ ਸਟਾਫ ਵੱਲੋਂ ਵੀ ਆਹੀ ਕਿਹਾ ਜਾਂਦਾ ਸੀ ਸਾਡਾ ਸਿਸਟਮ ਹੈ ਜਿਹੜਾ ਸਰਵਰ ਹੈ ਉਹ ਡਾਊਨ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਵੀ ਆਉਂਦੇ ਤੇ ਉਹਨੂੰ ਫੋਨ ਵੀ ਕਰਦੇ ਤੇ ਜੀ ਉਰੇ ਅਸੀਂ ਬੈਠ ਕੇ ਵੀ ਜਾਂਦੇ ਤੇ ਘੰਟਾ 2-2 ਘੰਟੇ ਠੀਕ ਹੈ ਜੀ ਪਰ ਸਾਡੀ ਕੋਈ ਸੁਣਵਾਈ ਨਹੀਂ ਤੀ ਹੁੰਦੀ ਅਸੀਂ ਉੱਚ ਅਧਿਕਾਰੀਆਂ ਨੂੰ ਵੀ ਧਿਆਨ ਵਿੱਚ ਲਿਆਉਂਦਾ ਰਿਹਾ ਵੀ ਸਰ ਅਸੀਂ ਜਿੰਨੀ ਵਾਰ ਵੀ ਆਉਂਦੇ ਹਾਂ ਸਿਰਫ ਆਹੀ ਬਹਾਨਾ ਜਾਂ ਸਰਵਰ ਡਾਊਨ ਹੈ ਜਾਂ ਫਿਰ ਉਰੇ ਦੇ ਮੈਨੇਜਰ ਗਾਇਬ ਹੁੰਦਾ ਤਾ ਜੀ
ਉਹਨੂੰ ਜੇ ਪੁੱਛਦੇ ਤੇ ਵੀ ਸਾਡਾ ਆਹ ਕੰਮ ਹੈ ਸਾਡਾ ਕੰਮ ਕਰ, ਉਹ ਕਹੇ ਕਰਦਾ ਤਾ ਜੀ ਮੇਰੀ ਮਾਤਾ ਲਾਸਟ ਸਟੇਜ 'ਤੇ ਹੈ ਕੈਂਸਰ ਦੇ ਵਿੱਚ, ਵੀ ਪੀ ਜੀ ਆਈ ਦਾਖਲ ਹੈ, ਮੈਂ 10 ਮਿੰਟ 'ਚ ਆ ਗਿਆ, ਮੈਂ 5 ਮਿੰਟ 'ਚ ਆ ਗਿਆ ਜੀ। ਠੀਕ ਹੈ ਜੀ, ਲੋਕਾਂ ਨੂੰ ਉਹਨੇ ਮਤਲਬ ਆਹ ਰਹਿਮ ਦਿਲੀ ਲੋਕਾਂ ਦੇ ਮਨ ਵਿੱਚ ਪਾਈ ਹੋਈ ਸੀ ਵੀ ਇਹਦੀ ਮਾਤਾ ਬਿਮਾਰ ਹੈ। ਅਸੀਂ ਵੀ ਚਲੋ ਇਨਸਾਨ ਦੇ ਨਾਂ 'ਤੇ ਮਤਲਬ ਪਹਿਲਾਂ ਗਰਮ ਹੋ ਜਾਂਦੇ ਫਿਰ ਸ਼ਾਂਤ ਹੋ ਜਾਏ ਕਰਦੇ ਤੇ ਜੀ, ਪਰ ਫਿਰ ਵੀ ਜੀ ਜਿੱਦਣ ਇਹ ਪਤਾ ਲੱਗਿਆ 14 ਤਰੀਕ ਦਾ ਜੀ, ਉੱਦਣ ਅਸੀਂ ਪਤਾ ਕਰਵਾਇਆ ਵੀ ਜਿਹੜਾ ਉਹ ਜਿੱਥੇ ਉਹ ਰਹਿੰਦਾ ਸੀਗਾ ਜੀ ਫਲੈਟ ਦੇ ਵਿੱਚ, ਉਹ ਵੀ ਉਹਨੂੰ 4 ਦਿਨ ਹੋ ਗਏ ਭਾਅ ਜੀ ਬੰਦ ਕਰੇ ਨੂੰ, ਉਹ ਕਹਿੰਦੇ ਵੀ ਇੱਥੋਂ ਤਾਂ ਉਹ 4 ਦਿਨ ਛੱਡ ਕੇ ਚਲੇ ਗਏ ਜੀ। ਹੁਣ ਸਾਨੂੰ ਨਹੀਂ ਪਤਾ ਜੀ ਉਹ ਇੰਡੀਆ ਵਿੱਚ ਹੈ ਜਾਂ ਕਿਤੇ ਬਾਹਰ ਚਲੇ ਗਿਆ, ਸਾਨੂੰ ਨਾ ਐਂ ਦੱਸਿਆ ਜਾ ਰਿਹਾ ਵੀ ਜਿਹੜੇ ਉਹ ਖਾਤੇ ਅੱਗੇ ਇੱਕ ਅਜੇ ਕੁਮਾਰ ਹੈ ਜੀ, ਇੱਕ ਸਵਰਾਜ ਪੌਲ ਹੈ ਜੀ, ਇੱਕ ਦਿਨੇਸ਼ ਹੈ, ਸਾਨੂੰ ਨਹੀਂ ਪਤਾ ਵੀ ਉਹਦਾ ਕੋਈ ਘਰ ਦਾ ਬੰਦਾ ਕਿ ਬਾਹਰ ਦਾ ਬੰਦਾ, ਉਹਨਾਂ ਦੇ ਖਾਤਿਆਂ ਵਿੱਚ ਜ਼ਿਆਦਾਤਰ ਪੈਸੇ ਟ੍ਰਾਂਜੈਕਸ਼ਨਾਂ ਹੁੰਦੀਆਂ ਤੀਆਂ ਜੀ। ਠੀਕ ਹੈ ਜੀ, ਸਾਡੇ ਨੰਬਰ ਬੰਦ ਕਰਕੇ ਅਸੀਂ ਐਂ ਵੀ ਪੁੱਛ ਲਿਆ ਉੱਚ ਅਧਿਕਾਰੀਆਂ ਨੂੰ ਵੀ ਸਾਨੂੰ ਐਂ ਤਾਂ ਦੱਸੋ ਵੀ ਜਿਹੜੇ ਨਾਮ ਸ਼ੋ ਹੋਏ ਹੈ ਵੀ ਉਹਨਾਂ ਦੇ ਖਾਤੇ ਵਿੱਚ ਪੈਸਾ ਗਿਆ ਹੈ, ਉਹਨਾਂ ਦੇ ਖਾਤਿਆਂ ਵਿੱਚੋਂ ਅੱਗੇ ਪੈਸਾ ਉਹਨੇ ਕਿੱਥੇ ਟ੍ਰਾਂਸਫਰ ਕਰਿਆ ਜੀ, ਉਹ ਸਾਨੂੰ ਹੁਣ ਤੱਕ ਕੁਛ ਨਹੀਂ ਜੀ ਦੱਸ ਰਹੇ ਹੈ। ਪੁਲਿਸ ਵਾਲੇ ਕੋਲ ਜਾਂਦੇ ਹਾਂ, ਉਹ ਕਹਿੰਦੇ ਵੀ ਸਾਡੀ ਆਪਣੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੈਂ ਬੈਂਕ ਵਾਲੇ ਦੇ ਅਸੀਂ ਹਰ ਟਾਈਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਅੱਜ 8 ਦਿਨ ਹੋ ਗਏ ਜੀ, ਕਿਸੇ ਨੇ ਕੋਈ ਰੋਟੀ ਪਾਣੀ ਵੀ ਨਹੀਂ ਖਾਧਾ ਜੀ, ਕਿਤੇ ਕੋਈ ਕਿਸੇ ਦੀ ਐਮਰਜੈਂਸੀ ਹੁੰਦੀ ਹੈ ਉੱਥੇ ਵੀ ਨਹੀਂ ਅਸੀਂ ਜਾ ਰਹੇ ਜੀ। ਨਾ ਜੀ, ਮੈਨੂੰ ਤਾਂ ਬਾਅਦ 'ਚ ਪਤਾ, ਮੈਨੂੰ ਗੁਰਦੁਆਰੇ 'ਚ ਪਤਾ ਲੱਗਿਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਉਰੇ ਹੋ ਰਿਹਾ ਕਾਠ ਕੁੱਠ, ਮੈਨੂੰ ਨਹੀਂ ਪਤਾ, ਮੈਂ ਤਾਂ ਗੁਰਦੁਆਰੇ 'ਚ ਪਤਾ ਲੱਗਿਆ, ਮੈਂ ਇਕੱਲੀ ਹਾਂ ਜੀ, ਕੋਈ ਨਹੀਂ। ਅੱਛਾ, ਪਰਿਵਾਰ 'ਚ ਕੋਈ ਨਹੀਂ ਆ ਤੇ ਤੁਸੀਂ ਭਾਵੁਕ ਵੀ ਹੋ ਰਹੇ ਹੋ ਗੁਰਦੁਆਰੇ ਦੇ ਵਿੱਚ, ਜਦੋਂ ਪਤਾ ਲੱਗਿਆ ਤੇ ਉੱਥੇ ਕੀ ਹਵਾ ਚੱਲ ਰਹੀ ਸੀ ਬੈਂਕ ਦੇ ਸੰਬੰਧ ਦੇ ਵਿੱਚ, ਕੀ ਗੱਲਾਂ ਕਹੀਆਂ? ਐਵੇਂ ਸਾਰੇ ਖਾਤੇ ਸਾਫ ਕਰਤੇ, ਹੁਣ ਅਸੀਂ ਤਾਂ ਅਨਪੜ੍ਹ ਆ, ਅਸੀਂ 6 ਦਿਨ ਤੇ FD ਤੁੜਾਈ ਮੈਂ, ਉਹ ਵੀ ਦੁਬਾਰੇ ਕਰਾਤੀ, 10 ਲੱਖ ਅਸੀਂ ਖੁੱਲ੍ਹਾ ਰੱਖਤਾ, 9 ਖਾਣੀ ਨਾ ਲੱਖ ਦਾ ਪਤਾ ਨਹੀਂ ਕਿਆ ਕਰਿਆ, ਮੈਂ ਤਾਂ ਅਨਪੜ੍ਹ, ਲੱਖ ਦਾ ਕੁਛ ਕਰਿਆ, 9 ਲੱਖ ਦੀ FD ਕਰਾਤੀ, ਕੁਛ ਖੁੱਲ੍ਹੇ ਰੱਖ ਲਏ ਜਿਹੜੇ ਉੱਪਰ ਤੇ ਆਪਣੇ ਖਰਚੇ ਵਾਸਤੇ, ਬਸ ਹੁਣ ਜਾਂ ਪਤਾ ਲੱਗਿਆ ਮੁੜ ਗਿਆ, ਥੋੜ੍ਹੇ ਚਿਰੇ ਹੋਇਆ ਉਹ ਕਿਰਾਏ ਨੂੰ, ਜਾਂ ਹੁਣ ਪਤਾ ਲੱਗਿਆ ਵੀ ਕਹਿੰਦੇ ਉੱਥੇ ਆਏ ਨੇ, ਕੁੱਲ 200 ਵੀਹ ਰੁਪਇਆ ਖਾਤੇ 'ਚ ਛੱਡਿਆ ਬਸ। ਅੱਛਾ, ਅਤੇ ਮਤਲਬ ਅਜਿਹੇ ਖਾਤਾ ਧਾਰਕ ਵੀ ਉਰੇ ਹੈਗੇ ਜਿਹਨਾਂ ਜਿਹੜੇ ਪੜ੍ਹੇ ਲਿਖੇ ਨਹੀਂ ਹੈਗੇ, ਕਿਉਂਕਿ ਭਾਵੁਕ ਸਮਾਂ ਆਪਦੇ ਪੈਸੇ ਲਈ ਹੀ ਤੁਸੀਂ ਜਿਹੜੇ ਮਿੰਤਾ ਤਰਲੇ ਬੈਂਕ ਵਾਲਿਆਂ ਦੇ ਕਰ ਲਿਓ, ਉਮੀਦ ਕਰਦੇ ਕਿ ਜਾਂਚ ਜਿਹੜੀ ਚੱਲ ਰਹੀ ਆ, ਪਰ ਦੂਜੇ ਪਾਸੇ ਕਿ ਹੁਣ ਜਦੋਂ ਤੁਸੀਂ ਉਰੇ ਆਏ ਹੋ, ਉਰੇ ਇੰਨੇ ਲੋਕ ਤੁਹਾਡੇ ਨਾਲ ਖੜੇ ਨੇ, ਅਤੇ ਉਮੀਦ ਤੁਹਾਨੂੰ ਨਜ਼ਰ ਆ ਰਹੀ ਹੈ ਕਿਤੇ ਨਾ ਕਿਤੇ ਜੋ ਜਾਂਚ ਦੀ ਗੱਲ ਕਹੀ ਜਾ ਰਹੀ ਆ? ਦੇਖੋ ਜੇ ਮੈਂ ਤਾਂ ਹੁਣ ਜੇ ਕੋਲ ਆ ਜਾਊਂ ਗੱਲਾਂ ਗੱਲ ਤਾਂ ਹੁੰਦੀ ਹੈ, ਜੇ ਹੁਣ ਕੋਲ ਆ ਜਾਏਗੀ ਤਾਂ ਹੀ ਉਮੀਦ 'ਚ ਸਾਡੇ, ਬਟ ਉੱਥੇ ਸੇਫ ਨਹੀਂ ਰਹੇ, ਉਮੀਦ ਜਾਂ ਹੱਥ 'ਤੇ ਚੀਜ਼ ਚਲੇ ਗਈ, ਉਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਮਿਲਦੀ ਆ। ਚਲੋ ਮਾਤਾ ਜੀ, ਤੁਸੀਂ ਭਾਵੁਕ ਨਾ ਹੋ, ਉਮੀਦ ਕਰਦੇ ਹਾਂ ਕਿ ਤੁਹਾਡਾ ਪੈਸਾ ਤੁਹਾਨੂੰ ਮਿਲ ਜੇ, ਅਤੇ ਇੱਥੇ ਪਿੱਛੇ ਪ੍ਰਦਰਸ਼ਨ ਵੀ ਚੱਲ ਰਿਹਾ, ਰੁੱਖ ਉੱਧਰਲੇ ਪਾਸੇ ਦਾ ਕਰਦੇ ਹਾਂ ਹੁਣ। ਐਕਸਿਸ ਬੈਂਕ ਮੁਰਦਾਬਾਦ, ਭਾਰਤੀ ਕਿਸਾਨ ਯੂਨੀਅਨ ਪੁਆਧ ਜਿੰਦਾਬਾਦ, ਕਿਸਾਨ ਯੂਨੀਅਨ ਪੁਆਧ ਜਿੰਦਾਬਾਦ, ਐਕਸਿਸ ਬੈਂਕ ਮੁਰਦਾਬਾਦ, ਐਕਸਿਸ ਬੈਂਕ ਮੁਰਦਾਬਾਦ। ਤੇ ਤੁਸੀਂ ਰੋਸ ਮੁਜ਼ਾਹਰਾ ਵੀ ਦੇਖ ਰਹੇ ਹੋ ਮੇਰੇ ਨਾਲ, ਭਾਰਤੀ ਕਿਸਾਨ ਯੂਨੀਅਨ ਤੇ ਬੈਂਕ ਖਾਤਾ ਧਾਰਕਾਂ ਨਾਲ ਵੀ ਮੈਂ ਗੱਲਬਾਤ ਕੀਤੀ ਆ। ਬਜ਼ੁਰਗੋ, ਹੁਣ ਭਾਰਤੀ ਕਿਸਾਨ ਯੂਨੀਅਨ ਦਾ ਸਮਰਥਨ ਵੀ ਪੂਰਾ ਮਿਲ ਰਿਹਾ ਹੈ ਤੇ ਦੂਜੇ ਪਾਸੇ ਖਾਤਾ ਧਾਰਕ ਪਰੇਸ਼ਾਨ ਨੇ, ਵੱਖ ਵੱਖ ਲੋਕਾਂ ਨਾਲ ਗੱਲਬਾਤ ਕੀਤੀ ਆ, ਅਗਲਾ ਕਦਮ ਕੀ ਹੋਏਗਾ? ਕਿਉਂਕਿ ਆਸ਼ਵਾਸਨ ਤਾਂ ਉੱਧਰਲੇ ਪਾਸੋਂ ਆ ਰਿਹਾ, ਸਾਹਮਣੇ ਬ੍ਰਾਂਚ ਬੈਂਕ ਬ੍ਰਾਂਚ ਆ, ਅਤੇ ਤੁਸੀਂ ਕੀ ਕਦਮ ਚੱਕੋਗੇ? ਦੇਖੋ ਜੀ, ਇਹ ਸਾਡੀਆਂ ਜਥੇਬੰਦੀਆਂ ਨੇ ਜੀ, ਅਤੇ ਨਿਊ ਚੰਡੀਗੜ੍ਹ ਜਿਹੜੀ ਆ ਪੇਂਡੂ
ਭਲਾਈ ਸਾਂਝੀ ਕਮੇਟੀ ਦਾ ਪ੍ਰਧਾਨ ਹਾਂ ਮੈਂ ਦਿਲਬਾਗ ਸਿੰਘ, ਅਤੇ ਜਥੇਬੰਦੀਆਂ ਦੇ ਜਿਹੜੀ ਆ ਕਿਸਾਨੀ ਨੂੰ ਪੁਆ ਦੇ ਉਹ ਵੀ ਆਏ ਨੇ, ਜਥੇਬੰਦੀਆਂ ਇਕੱਠੀਆਂ ਹੋ ਰਹੇ ਨੇ ਕਿ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਲੋਕਾਂ ਦੇ ਨਾਲ ਧੱਕਾ ਬਿਲਕੁਲ ਨਹੀਂ ਹੋਣ ਦੇਣਾ, ਕਿ ਜੁਝਾਰੂ ਹਾਂ, ਸਾਡਾ ਸੱਭਿਆਚਾਰ ਇਹ ਹੈ ਕਿਸੇ ਨਾਲ ਧੱਕਾ ਬਰਦਾਸ਼ਤ ਨਹੀਂ ਕਰਦੇ। ਇੱਥੇ ਦੇ ਲੋਕਾਂ ਦੇ ਨਾਲ ਜਿਹੜੇ ਲੋਕ ਜ਼ਮੀਨਾਂ ਵੇਚ ਕੇ ਪੈਸੇ ਜਮ੍ਹਾਂ ਕਰਵਾਏ ਨੇ, ਮੋਦੀ ਦਾ ਡਿਸੀਜਨ ਦੇ ਵਿੱਚ ਹੈ ਵੀ ਪੈਸਾ ਘਰ ਨਹੀਂ ਰੱਖਣਾ, ਕਨੇਡਾ ਪੈਂਦੀਆਂ ਨੇ ਕਿ ਬੈਂਕ ਦੇ ਵਿੱਚ ਜਮ੍ਹਾਂ ਕਰੋ, ਅਤੇ ਜੇ ਘਰ ਰੱਖਿਆ ਕਿੱਥੋਂ ਆਇਆ ਪੈਸਾ, ਸਾਡਾ ਜ਼ਮੀਨਾਂ ਦਾ ਕਰੋੜਾਂ ਰੁਪਈਆ ਹੈ ਉਹ ਜਿਹੜਾ ਸਾਨੂੰ ਬੈਂਕ 'ਚ ਜਮ੍ਹਾਂ ਕਰਵਾਉਣਾ ਪੈਂਦਾ। ਸਾਡੇ ਇਹ ਇਸ ਬਾਂਸੇ 'ਚ ਬ੍ਰਾਂਚ ਹੈ, ਲੋਕਲ ਬ੍ਰਾਂਚ ਹੈ, ਇੱਥੇ ਅਸੀਂ ਜਮ੍ਹਾਂ ਕਰਾਤਾ। ਇੱਥੇ ਬੈਂਕ ਨੇ ਇਹ ਨਹੀਂ ਦੇਖਿਆ ਕਿ ਇੱਥੇ ਕਿਸੇ ਚੰਗੇ ਅਧਿਕਾਰੀ ਨੂੰ ਲਾਏ, ਉਹਨਾਂ ਨੇ ਜਿਹੜਾ ਇੱਥੇ ਕਲਰਕ ਸੀਗਾ 10 ਸਾਲ ਤੋਂ, ਇੱਥੇ ਦਾ ਲੋਕਲ ਨਹੀਂ ਸੀਗਾ, ਪਠਾਨਕੋਟ ਫਿਰ ਉਹ ਸ਼ਿਫਟ ਕੀਤਾ ਤਰਨ ਤਾਰਨ, ਅਤੇ ਫਿਰ ਇੱਥੇ ਉਹਨੂੰ ਇੱਥੇ ਲੱਗਿਆ। ਜਿਹੜਾ ਪਹਿਲੇ ਐਡਰੈਸ ਚੇਂਜ ਕਰਦਾ ਫਿਰਦਾ ਉਹ ਤਾਂ ਫਰੋਡਲੈਂਟ ਹੋਊਗਾ ਹੀ। ਉਹ ਜਿਹੜਾ ਕਾਰਗੁਜ਼ਾਰੀ ਬੈਂਕ ਦੀ ਐਕਸ ਸੀ, ਉਹਨੇ ਮੇਰੇ ਖਿਆਲ ਤਾਂ ਇਸ ਨਜ਼ਰੀਏ ਨਾਲ ਇੱਥੇ ਉਹਨੂੰ ਪੋਸਟ ਕੀਤਾ ਕਿ ਇੱਥੇ ਪੈਸੇ ਲੋਕਾਂ ਕੋਲ ਬਹੁਤ ਨੇ ਬੈਂਕ ਜਮ੍ਹਾਂ ਨੇ, ਜਿਹੜੇ ਧਿਆਨ ਨਹੀਂ ਦੇ। ਜਿਵੇਂ ਜਿਤਨਾ ਜ਼ਮੀਨ ਹੈ ਧਿਆਨ, ਇੱਕ ਪੈਸੇ ਜ਼ਮੀਨ 'ਤੇ ਗੇੜਾ ਮਾਰਨ ਦਾ 1-2 ਸਾਲ ਬਾਅਦ, ਇਹੀ ਹੈ ਸਾਡਾ ਪੈਸੇ ਰੱਖ ਕੇ ਸਾਡਾ ਉਹੀ ਧਿਆਨ ਰਹਿੰਦਾ। ਅਸੀਂ ਬਾਣੀਆਂ ਨੇ ਜਿਹੜੇ ਰੋਜ਼ ਧਿਆਨ ਰੱਖਦੇ ਹਾਂ ਉਹ ਰੱਖਦੇ ਨੇ, ਸਾਡਾ ਜੱਟਾਂ ਦਾ ਕੰਮ ਇਹੀ ਹੈ, ਇੱਕ ਵਾਰੀ ਰੱਖ ਤੇ ਜੇ ਭੁੱਲ ਗਏ ਤਾਂ ਸਾਡਾ ਭੁੱਲਣਾ ਕੰਮ ਹੈ। ਇਸ ਕਰਕੇ ਇਹਨਾਂ ਨੇ ਸਾਡੀ ਇਸ ਭੁਲੱਕੜਪਣੇ ਦਾ ਅਤੇ ਨਜਾਇਜ਼ ਫਾਇਦਾ ਉਠਾਇਆ। ਸਾਡਾ ਕਰੋੜਾਂ ਰੁਪਈਆ, ਅਰਬਾਂ ਰੁਪਈਆ ਜਿਹੜਾ ਇੱਥੇ ਜ਼ਮੀਨ ਵੇਚ ਕੇ ਪ੍ਰੋਪਰਟੀ ਕੇ ਜਿਹੜਾ ਲਾਇਆ ਇਸ ਬੈਂਕ ਜਮ੍ਹਾਂ ਕਰਾਇਆ, ਉਹਦਾ ਫਰੋਡ ਕੀਤਾ, ਗਵਰਨ ਕੀਤਾ ਬੈਂਕ ਨੇ। ਬੈਂਕ ਨੇ ਅਸੀਂ ਮੈਨੇਜਰ ਨੂੰ ਕਹਿੰਦੇ ਮੈਨੇਜਰ ਬੈਂਕ ਦਾ ਹੈ, ਸਾਡਾ ਨਹੀਂ ਹੈਗਾ। ਇਸ ਕਰਕੇ ਜ਼ਿੰਮੇਵਾਰੀ ਜਿਹੜੀ ਹੈ ਉਹ ਬੈਂਕ ਦੀ ਬਣਦੀ ਹੈ, ਐਕਸਿਸ ਬੈਂਕ ਦੀ ਬਣਦੀ ਹੈ, ਐਕਸਿਸ ਹੈੱਡ ਆਫਿਸ ਦੀ ਬਣਦੀ ਹੈ, ਅਤੇ RBI ਦੀ ਬਣਦੀ ਹੈ। ਸਾਡਾ ਪੈਸਾ ਜੇ ਜਿਹੜਾ ਹੈਗਾ ਇਹਨਾਂ ਨੇ ਲੁੱਟ ਲਿਆ, ਚੋਰੀ ਹੋ ਗਿਆ, ਉਹ ਸਾਡੇ ਖਾਤਿਆਂ ਦੇ ਵਿੱਚੋਂ ਕੱਢਿਆ ਹੈ, ਉਹ ਫਰੋਡਲਾਂ ਨਾਲ ਕੱਢਿਆ। ਉਹਨਾਂ ਦੀ ਜ਼ਿੰਮੇਵਾਰੀ ਸਾਡੇ ਖਾਤਿਆਂ ਵਿੱਚੋਂ ਪੈਸਾ 30 ਦਿਨ ਦੇ ਵਿੱਚ RBI ਡਾਇਰੈਕਸ਼ਨ ਦੇ ਨਾਲ ਪਹੁੰਚਾਉਣਾ ਚਾਹੀਦਾ। 1.5 ਕਰੋੜ ਰੁਪਈਆ ਮੈਂ ਜਮ੍ਹਾਂ ਕਰਾਇਆ, 1 ਮਹੀਨਾ 5 ਕੁ ਦਿਨ ਹੋ ਗਏ। ਇਹ 1.5 ਕਰੋੜ ਤਾਂ FDIਆਂ ਕਰਾਤੀਆਂ, ਦੋਵੇਂ ਮੁੰਡੇ ਆਪਣੇ ਵਾਰਸ ਕਰਾਤੇ, ਉਹ FDIਆਂ ਨੇ ਤੋੜ ਕੇ ਖਮਣੀ ਕੀ ਕਰਾਂ, ਨਾ ਸਾਨੂੰ ਪਤਾ ਲੱਗਿਆ। ਜਿਹੜੇ ਮੇਰੇ ਕਾਪੀ ਮਾਂ ਤੇ ਉਹ 76,000 ਰੁਪਈਆ ਦਾ, ਉਹਦੇ ਵਿੱਚ 7,000 ਰੁਪਈਆ ਰਹੇ, ਸਾਰੇ ਖਤਮ ਕਰ ਗਿਆ। ਅਤੇ ਇਹੋ ਜਿਹੇ ਹਾਲਾਤ ਨੇ, ਅਤੇ ਤੁਹਾਨੂੰ ਮੈਂ ਉਹਦੇ ਬ੍ਰਾਂਚ ਆ ਕੇ ਪਤਾ ਲੱਗਿਆ ਜਾਂ ਜਦੋਂ ਖਬਰਾਂ ਚੱਲ ਪਈਆਂ ਗੱਲਾਂ? ਰੌਲਾ ਪਿਆ ਜੀ ਵੀ ਉੱਥੇ ਇਕੱਠ ਹੋਇਆ ਵਾ, ਉੱਦਣ ਹੀ ਆ ਗਏ ਸੀ, ਮੈਂ ਉੱਦਣ ਦਾ ਉਹਦੇ ਲਿਖਿਆ ਵਾ ਉਹਨੇ ਕਿਹੜਾ ਹੈ ਤਾਂ ਉਹ। ਅਤੇ ਬਜ਼ੁਰਗ, ਤੁਹਾਡਾ ਉਰੇ ਖਾਤਾ ਜਾਂ ਤੁਸੀਂ ਭਾਰਤੀ ਕਿਸਾਨ ਯੂਨੀਅਨ ਦਾ ਲੋਗੋ ਵੀ ਲਗਾਇਆ? ਅਸੀਂ ਭਾਰਤੀ ਕਿਸਾਨ ਯੂਨੀਅਨ ਪੁਆਧ ਦੇ ਪ੍ਰਧਾਨ ਨੇ, ਜ਼ਿਲ੍ਹਾ ਮੋਹਾਲੀ। ਸਾਨੂੰ ਪਤਾ ਲੱਗਿਆ ਕਿ 80 ਕਰੋੜ ਰੁਪਈਆ ਇਸ ਬੈਂਕ ਨੇ ਜ਼ਿਮੀਦਾਰਾਂ ਦਾ ਜਾਂ ਮਜ਼ਦੂਰਾਂ ਦਾ ਉਹ ਜਿਹੜਾ ਸਾਰਾ ਇਹਨਾਂ ਨੇ ਫਰੋਡ ਕਰ ਲਿਆ, ਤਾਂ ਸਾਨੂੰ ਇੱਥੇ ਆਉਣਾ ਪਿਆ। ਤਾਂ ਅਸੀਂ ਇਹੀ ਕਹਿੰਦੇ ਹਾਂ, ਅਗਰ ਇਸ ਬੈਂਕ ਨੇ ਇਹ ਪੈਸਾ ਵਾਪਸ ਨਾ ਕੀਤਾ ਤਾਂ ਅਸੀਂ ਹੋਰ ਜ਼ਿਆਦਾ ਸੰਘਰਸ਼ ਨੂੰ ਵਿੱਢਾਂਗੇ, ਕਿਉਂਕਿ ਇਸ ਬੈਂਕ ਦੀ ਜ਼ਿੰਮੇਵਾਰੀ ਆ, ਐਕਸਿਸ ਬੈਂਕ ਦੀ, ਜਿਹੜੀ ਕਿ ਜ਼ਿਮੀਦਾਰਾਂ ਦਾ ਪੈਸਾ ਵਾਪਸ ਕਰਾਈ। ਜੋ ਇਹਨਾਂ ਦੇ ਮੁਲਾਜ਼ਮ ਨੇ ਇਹਨਾਂ ਦੇ ਆ, ਇਹਨਾਂ ਨੇ ਪੈਸਾ ਆਪ ਖਾਇਆ, ਚਾਹੇ ਬੈਂਕ ਨੇ ਖਾਇਆ ਜਾਂ ਕਿਸੇ ਨੇ ਖਾਇਆ, ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਬੈਂਕ ਨੂੰ ਇਹੀ ਆ, ਉਹ ਅਸੀਂ ਅਪੀਲ ਕਰਦੇ ਹਾਂ ਕਿ ਜਾਂ ਤਾਂ ਇਹਨਾਂ ਦਾ ਪੈਸਾ ਵਾਪਸ ਕਰ ਦਿਓ, ਜਾਂ ਅਸੀਂ ਹਰ ਇੱਕ ਜ਼ਿਲ੍ਹੇ ਵਿੱਚ ਜਾ ਕੇ ਪਿੰਡਾਂ ਵਿੱਚ ਜਿੱਥੇ ਵੀ ਇਹਨਾਂ ਦੀ ਬ੍ਰਾਂਚਾਂ ਖੁੱਲ੍ਹੀਆਂ ਹੋਈਆਂ ਨੇ, ਅਸੀਂ ਉਹਨਾਂ ਨੂੰ ਬੰਦ ਕਰਾਵਾਂਗੇ, ਉਹਨਾਂ ਦੇ ਅੱਗੇ ਅਸੀਂ ਧਰਨੇ ਲਾਵਾਂਗੇ, ਤਾਂ ਕਿ ਸਾਰੇ ਪੰਜਾਬ ਨੂੰ ਕਿਆ ਸਾਰੇ ਇੰਡੀਆ ਨੂੰ ਪਤਾ ਲੱਗੇ ਕਿੱਥੇ ਦਾ ਮੋਦੀ ਕਹਿੰਦਾ ਅਸੀਂ 15-15 ਲੱਖ ਰੁਪਈਆ ਖਾਤਿਆਂ ਵਿੱਚੋਂ ਮਾਫ਼ ਕਰਾਵਾਂਗੇ।
ਇਹ ਖਾਤਿਆਂ ਵਿੱਚੋਂ ਮਾਫ ਤਾਂ ਕਰਾ ਨਹੀਂ ਸਕੇ, ਸਾਫ ਜ਼ਰੂਰ ਕਰਾ ਸਕੇ। ਨਹੀਂ ਨਹੀਂ ਰੁਸਤਮ ਸਾਹਿਬ, ਮੈਂ ਤੁਹਾਡੇ ਵਿਚਾਰ ਵੀ ਸੁਣ ਰਿਹਾ ਸੀ ਜਦੋਂ ਅਸੀਂ ਉਰੇ ਆਏ ਸੀ, ਅਤੇ ਹੁਣ ਕੀ ਕਦਮ ਚੱਕੋਗੇ? ਕੀ ਹੁਣ ਜਿਹੜਾ ਸੰਭੂ ਬੋਰਡਰ 'ਤੇ ਧਰਨਾ ਬੈਠ ਰਿਹਾ, ਕਹਿੰਦੇ ਉੱਥੇ ਵੀ ਗੱਲ ਚੱਲ ਪਈ ਆ ਇਸੇ ਮਸਲੇ ਨੂੰ ਲੈ ਕੇ, ਪੰਜਾਬ ਭਰ ਦੇ ਵਿੱਚ ਹੀ ਨਹੀਂ ਆਲੇ ਦੁਆਲੇ ਸੂਬਿਆਂ ਦੇ ਵਿੱਚ ਵੀ ਇਸ ਕਰੋੜਾਂ ਦੇ ਗਬਨ ਦੀ ਜਿਹੜੀ ਆ ਗੱਲ ਤੁਰ ਰਹੀ ਆ, ਅਤੇ ਤੁਸੀਂ ਹੁਣ ਅੱਗੇ ਦਾ ਕੀ ਕਦਮ ਚੱਕ ਰਹੇ ਹੋ? ਇੱਥੇ ਅੱਜ ਪਿੰਡ ਬਾਂਸੇਪੁਰ ਜ਼ਿਲ੍ਹਾ ਮੋਹਾਲੀ 'ਚ ਆਏ ਹਾਂ। ਇਹ ਖਰੜ ਜਿਹੜਾ ਸੰਨੀ ਇਨਕਲੇਵ ਉਹਦੇ ਬੈਕ ਸਾਈਡ ਇਹ ਪਿੰਡ ਪੈਂਦਾ ਹੈ, ਅਤੇ ਇੱਥੇ ਦਾ ਇੱਕ ਗੌਰਵ ਸ਼ਰਮਾ ਨਾਮ ਦਾ ਬੈਂਕ ਮੈਨੇਜਰ ਸੀ, ਪਠਾਨਕੋਟ ਦਾ ਰਹਿਣ ਵਾਲਾ ਸੀ। ਅਤੇ ਪਹਿਲਾਂ ਤਾਂ ਇਹ ਆ ਵੀ ਉਹਨੂੰ ਇੱਥੇ ਕਲਰਕ ਲੱਗਿਆ ਸੀ, ਉਹ ਉਹਨੂੰ 10 ਸਾਲ ਹੋ ਗਏ ਐਜ਼ ਪਰ ਗਵਰਨਮੈਂਟ ਰੂਲ ਆ ਜਿਹੜਾ, ਹੈ ਨਾ, ਅਤੇ RBI ਦੀ ਗਾਈਡਲਾਈਨ ਦੇ ਅਨੁਸਾਰ ਕੋਈ ਬੰਦਾ 5 ਸਾਲ ਤੋਂ ਬਾਅਦ ਇਕੱਠਾ ਲਗਾਤਾਰ ਬੈਂਕ ਦੇ ਵਿੱਚ ਨਹੀਂ ਰਹਿ ਸਕਦਾ, ਉਹਦਾ ਇੱਕ ਬਦਲੀ ਹੋਣੀ ਚਾਹੀਦੀ ਸੀ, ਹੈ ਨਾ। ਅਤੇ ਦੂਜੀ ਗੱਲ ਇਹ ਆ, ਮੈਂ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਹੱਥ ਜੋੜ ਕੇ ਇਹ ਬੇਨਤੀ ਕਰਦਾ ਯਾਰ ਵੀ ਇਤਨਾ ਤਕੜੇ ਹੋ ਜਾਓ, ਜਿਵੇਂ ਪਿੰਡਾਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਜੇ ਕੋਈ ਕਾਰਪੋਰੇਟ ਕੰਪਨੀ ਕੋਈ ਵੀ ਬੈਂਕ ਯਾਰ ਆਉਂਦਾ ਹੈ ਨਾ ਜਦੋਂ, ਠੀਕ ਆ, ਤੁਸੀਂ ਇਕੱਠੇ ਹੋ ਕੇ ਉੱਥੇ ਇਹ ਆਵਾਜ਼ ਚੱਕਿਆ ਕਰੋ ਕਿ ਸਾਡੇ ਨੌਜਵਾਨਾਂ ਨੂੰ ਪਹਿਲ ਦਿਓ। ਤੁਹਾਡੇ ਇੱਥੇ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕੀਤੇ ਹੋਏ ਨੌਜਵਾਨ ਆ ਜਿਹੜੇ, ਉਹ ਯਾਰ ਸਕਿਉਰਿਟੀ ਗਾਰਡ ਲੱਗਦੇ ਫਿਰ ਰਹੇ ਆ ਮੋਰ ਵਰਗਿਆਂ ਦੇ ਵਿੱਚ, ਰਿਲਾਇੰਸ ਵਰਗੇ ਡਿਜੀਟਲ ਸਟੋਰਾਂ ਦੇ ਉੱਤੇ, ਠੀਕ ਆ। ਅਤੇ ਇੱਥੇ ਬੈਂਕਾਂ ਦੇ ਵਿੱਚ ਪਰਦੇਸੀ ਸਾਡੇ ਸਿਰ ਦੇ ਉੱਤੇ ਰਾਜ ਕਰ ਰਹੇ ਹਾਂ, ਅਤੇ ਦੂਸਰਾ ਕਿਆ ਕਹਿੰਦੇ ਸਾਡੇ ਇੱਥੋਂ ਪੈਸੇ ਕਰ ਰਹੇ ਹਾਂ, ਕਿਉਂਕਿ ਪ੍ਰਵਾਸ ਕਰਨਾ, ਮੈਂ ਪ੍ਰਵਾਸ ਦੇ ਬਿਲਕੁਲ ਖਿਲਾਫ਼ ਨਹੀਂ। 80 ਕਰੋੜ ਰੁਪਈਆ ਉਹਨਾਂ ਕਿਸਾਨਾਂ ਦਾ ਹੀ ਲੈ ਗਿਆ, ਉਹਨਾਂ ਗਰੀਬਾਂ ਦਾ ਲੈ ਗਿਆ। ਇੱਕ ਬੰਦੇ ਦੇ ਅਕਾਊਂਟ ਦੇ ਵਿੱਚ 1 ਲੱਖ ਰੁਪਇਆ ਸੀ, ਠੀਕ ਆ, ਉਹਨੂੰ ਪਤਾ ਨਹੀਂ ਕਿਸ ਤਰ੍ਹਾਂ ਉਹ 1 ਲੱਖ ਰੁਪਇਆ ਉਹਨੇ ਜੋੜਿਆ ਸੀ, ਕਿਉਂਕਿ 1 ਲੱਖ ਬੰਦੇ ਨੇ ਸਾਰੀ ਜ਼ਿੰਦਗੀ 'ਚ ਜਿਹਨੇ ਜੋੜਿਆ, ਉਹਦੇ ਵਾਸਤੇ ਤੁਸੀਂ 1 ਲੱਖ ਦੀ ਕੀਮਤ ਜਾਣ ਸਕਦੇ ਹੋ ਕੀ ਆ, ਠੀਕ ਆ। ਕਿਉਂਕਿ ਬਾਹਰਲੇ ਸੂਬਿਆਂ ਦਾ ਬੰਦਾ ਹੋਊਗਾ ਨਾ, ਉਹਨੂੰ ਸਾਡੇ ਨਾਲ ਨਾ ਪਿਆਰ ਨਹੀਂ ਹੋਊਗਾ। ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਪਹਿਲਾਂ ਅਸੀਂ ਆਪਣੇ ਆਪ ਨੂੰ ਤਕੜੇ ਕਰੀਏ, ਆਪਣੇ ਪੰਜਾਬ ਦੇ ਲੋਕਾਂ ਨੂੰ ਤਕੜਾ ਕਰੀਏ, ਤਾਂ ਅਸੀਂ ਦੂਜਿਆਂ ਦੀ ਬਾਂਹ ਫੜ ਸਕੂਂਗੇ। ਸਾਡੀ ਤਰਾਸਦੀ ਇਹ ਆ ਵੀ ਅਸੀਂ ਪੰਜਾਬ ਦੇ ਲੋਕ ਪੰਜਾਬ ਦੀਆਂ ਲੱਤਾਂ ਖਿੱਚਣ ਲੱਗੇ ਹੋਏ ਹਾਂ, ਜਿਹਦੇ ਕਰਕੇ ਸਾਨੂੰ ਇਹੋ ਜਿਹੀ ਤਰਾਸਦੀਆਂ ਦਾ ਭੁਗਤਣਾ ਪੈ ਰਿਹਾ। ਠੀਕ, ਚਲੋ, ਤਗੜਾ ਹੋਣ ਦੀ ਲੋੜ ਹੈ, ਤੁਹਾਡੇ ਵਿਚਾਰ ਤੁਸੀਂ ਸਾਂਝਾ ਕੀਤੇ। ਅਤੇ ਜਿਸ ਤਰੀਕੇ ਨਾਲ ਹੁਣ ਉਰੇ ਰੋਸ ਮੁਜ਼ਾਹਰਾ ਚੱਲ ਰਿਹਾ ਸੀ, ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਵੇਖਣ ਵਾਲੀ ਗੱਲ ਹੋਏਗੀ ਕਿ ਇੱਕ ਪਾਸੇ ਜਾਂਚ ਟੀਮ ਲਗਾਤਾਰ ਕੰਮ ਕਰ ਰਹੀ ਹੈ, ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂ ਵੀ ਇੱਥੇ ਮੌਜੂਦ ਨੇ, ਅਤੇ ਬੈਂਕ ਖਾਤਾ ਧਾਰਕ ਵੀ ਜੁੜ ਲਗਾਤਾਰ ਪੀੜਿਤ ਹਨ। ਪਰ ਦੇਖਣ ਵਾਲੀ ਹੋਏਗੀ ਕਿ ਜਾਂਚ ਟੀਮ ਦਾ ਨਿਕਲ ਕੇ ਸਿੱਟਾ ਕੀ ਸਾਹਮਣੇ ਆਉਂਦਾ ਹੈ, ਅਤੇ ਆਰੋਪੀ ਜਿਹੜਾ ਬੈਂਕ ਮੈਨੇਜਰ ਗੌਰਵ ਸ਼ਰਮਾ ਉਹ ਕਦੋਂ ਫੜਿਆ ਜਾਂਦਾ। ਮੈਂ ਸੁਨੀਲ ਕੁਮਾਰ, ਕੈਮਰਾਮੈਨ ਅਮਿਤ ਦੇ ਨਾਲ, ਜਗਬਾਣੀ TV, ਨਿਊ ਚੰਡੀਗੜ੍ਹ।